ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਸਿੱਖ ਕਤਲੇਆਮ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੱਜਣ ਕੁਮਾਰ ਦੀ ਮੈਡੀਕਲ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਉਹਨਾਂ ਨੂੰ ਹਸਪਤਾਲ 'ਚ ਦਾਖਲ ਹੋਣ ਦੀ ਕੋਈ ਲੋੜ ਨਹੀਂ ਹੈ। ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੱਜਣ ਕੁਮਾਰ ਦੀ ਬੇਲ ਐਪਲੀਕੇਸ਼ਨ ਦੀ ਸੁਣਵਾਈ ਸੀ, ਜਿਹਦੇ 'ਚ ਉਸਦੀ ਮੈਡੀਕਲ ਗਰਾਊਂਡਸ ਦੇ ਉੱਤੇ ਬੇਲ ਐਪਲੀਕੇਸ਼ਨ ਮੰਗੀ ਗਈ ਸੀ। ਔਰ ਸੱਜਣ ਕੁਮਾਰ ਦੇ ਵਕੀਲ ਨੇ ਵਾਰ ਵਾਰ ਇਹ ਐਕਸਕਿਊਜ਼ ਦਿੱਤਾ ਕਿ ਸੱਜਣ ਕੁਮਾਰ ਦੀ ਮੈਡੀਕਲ ਗਰਾਊਂਡ ਦੇ ਉੱਤੇ ਬੇਲ ਦੇ ਦਿਓ, ਕਰੋਨਾ ਕਰਕੇ ਬੇਲ ਦੇ ਦਿਓ। ਲੇਕਿਨ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਮਾਨਯੋਗ ਅਦਾਲਤ ਨੇ ਇੱਕ ਏਮਸ ਦੇ ਡਾਕਟਰਸ ਦਾ ਮੈਡੀਕਲ ਬੋਰਡ ਕੰਸਟੀਚਿਊਟ ਕੀਤਾ ਸੀ, ਜਿਸ ਦੀ ਰਿਪੋਰਟ ਵੀ ਅਦਾਲਤ ਦੇ ਵਿੱਚ ਸਬਮਿਟ ਹੋ ਗਈ ਸੀ। ਉਸ ਰਿਪੋਰਟ ਦੇ ਮੁਤਾਬਕ ਉਸਨੂੰ ਕੋਈ ਐਸੀ ਮੇਜਰ ਇਲਨੈਸ ਨਹੀਂ ਹੈ ਜਿਹਦੇ ਕਰਕੇ ਬੇਲ ਦਿੱਤੀ ਜਾ ਸਕੇ। ਔਰ ਨਾਲ ਹੀ ਜੱਜ ਸਾਹਿਬ ਨੇ ਅੱਜ ਇਹ ਵੀ ਗੱਲ ਪੁਆਇੰਟ ਆਊਟ ਕੀਤੀ ਹੈ ਕਿ ਬੜਾ ਸੈਂਸਿਟਿਵ ਇਸ਼ੂ ਹੈ, ਇਹ ਕੋਈ ਆਰਡਨਰੀ ਕੇਸ ਨਹੀਂ ਹੈ, ਇਹਦੇ ਵਿੱਚ ਬੇਲ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਸੋ ਮੈਂ ਜਿੱਥੇ ਅੱਜ ਮਾਨਯੋਗ ਅਦਾਲਤ ਜੱਜ ਸਾਹਿਬ ਦਾ, ਚੀਫ ਜਸਟਿਸ ਸੁਪਰੀਮ ਕੋਰਟ ਉਹਨਾਂ ਦੇ ਸਹਿਯੋਗੀ ਜੱਜ ਸਾਹਿਬ ਦਾ ਧੰਨਵਾਦ ਕਰਦਾ, ਉੱਥੇ ਨਾਲ ਹੀ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਕਿ ਇਹ ਸਿੱਖਾਂ ਦੇ ਦੋਸ਼ੀ ਸੱਜਣ ਕੁਮਾਰ ਇਹ ਜੇਲ੍ਹ ਦੇ ਅੰਦਰ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਯਕੀਨਨ ਬਣਾ ਰਹੀ ਹੈ। ਹਰ ਵਾਰ ਅਸੀਂ ਜਿੰਨੀ ਵਾਰੀ ਵੀ ਅਪਲਾਈ ਕਰਦਾ ਹੈ ਇਸ ਕੇਸ ਦੀ, ਅਸੀਂ ਬਹੁਤ ਹੀ ਸੰਜੀਦਗੀ ਦੇ ਨਾਲ ਪੈਰਵਾਈ ਕਰਦੇ ਹਾਂ ਤਾਂ ਕਿ ਸੱਜਣ ਕੁਮਾਰ ਕਿਸੇ ਵੀ ਸੂਰਤ ਦੇ ਵਿੱਚ ਬਾਹਰ ਨਾ ਆ ਸਕੇ। ਔਰ ਜੋ ਇਹਨੇ ਸਿੱਖਾਂ ਦਾ ਨਰਸਾਰ ਕੀਤਾ ਹੈ, ਜੋ ਜੈਨੋਸਾਈਡ ਕੀਤਾ ਹੈ, ਉਸ ਦੀ ਸਜ਼ਾ ਇਸ ਨੂੰ ਜਿਹੜੀ ਮਿਲੀ ਆ ਉਹ ਜੇਲ੍ਹ ਦੇ ਅੰਦਰ ਰਹਿ ਕੇ ਇਹ ਆਪਣੀ ਸਜ਼ਾ ਜਿਹੜੀ ਆ ਪੂਰੀ ਕਰੇ। ਔਰ ਉਹ ਸਿੱਖਾਂ, ਨਿਰਦੋਸ਼ ਸਿੱਖਾਂ ਨੂੰ ਜੋ ਕਤਲ ਕੀਤਾ ਗਿਆ ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਇਨਸਾਫ ਮਿਲ ਸਕੇ। ਸੋ ਮੈਂ ਇੱਕ ਵਾਰੀ ਫਿਰ ਜੱਜ ਸਾਹਿਬ ਦਾ ਧੰਨਵਾਦ ਕਰਦਾ।